ਅਸਲਾਮ ਅਲੈਕੁਮ ਬੇਲੀਓ ਤੇ ਸੱਜਣੋ, ਮੈਂ ਆ ਤੁਹਾਡਾ ਮੇਜ਼ਬਾਨ ਗੁਲਾਮ ਮੁਇਤਬਾ ਤੇ ਤੁਸੀਂ ਸਾਡਾ ਚੈਨਲ ਵੇਖ ਰਹੇ ਹੋ ਲੁੱਡਣ ਮੰਡੀ ਪਾਕਿਸਤਾਨ। ਤੇ ਅੱਜ ਮੈਂ ਆਇਆ ਇਹ ਪਸਰੋਰ ਰੋਡ ਤੇ, ਇੱਕ ਬੜਾ ਵੱਡਾ ਫਾਰਮ ਹੈ, 100 ਮੱਝਾਂ ਰੱਖੀਆਂ ਨੇ ਆ ਬਜ਼ੁਰਗਾਂ ਨੇ ਤੇ 100 ਗਾਵਾਂ ਵੀ ਰੱਖੀਆਂ ਸਨ, ਉਹਨਾਂ ਨੇ ਸੇਲ ਕਰ ਛੱਡੀਆਂ ਨੇ। ਤੇ ਇਹਨਾਂ ਦੇ ਡੇਰੇ ਦਾ ਨਾਂ ਹੈ ਬਾਵਾ ਡੇਰੀ ਫਾਰਮ ਤੇ ਬੜਾ ਮਸ਼ਹੂਰ ਡੇਰੀ ਫਾਰਮ ਹੈ। ਅੱਜ ਦੀ ਵੀਡੀਓ ਇਹਨਾਂ ਦੇ ਫਾਰਮ ਦੀ ਹੋਏਗੀ ਤੇ ਜਿਨ੍ਹਾਂ ਦੋਸਤਾਂ ਨੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ, ਨਾਲ ਘੰਟੀ ਨੂੰ ਵੀ ਦਬਾਓ ਤਾਂ ਕਿ ਹਰ ਨਈ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ। ਦੋਸਤੋ ਤੁਸੀਂ ਸਾਨੂੰ ਕਮੈਂਟ ਦੇ ਵਿੱਚ ਦੱਸਣਾ ਹੈ ਕਿ ਅੱਜ ਦਾ ਡੇਰੀ ਫਾਰਮ ਤੁਹਾਨੂੰ ਕਿਸ ਤਰ੍ਹਾਂ ਲੱਗਿਆ। ਵਾਲੇਕੁਮ ਸਲਾਮ ਜੀ। ਬਜ਼ੁਰਗੋ ਕੀ ਹਾਲ ਹੈ ਤੁਹਾਡਾ? ਬੜਾ ਜ਼ਿਆਦਾ ਸ਼ੁਕਰ ਹੈ। ਅੱਛਾ ਬਜ਼ੁਰਗੋ ਇਸਮੇ ਗ੍ਰਾਮੀ ਕੀ ਜੇ? ਮੇਰਾ ਇਸਮ ਗ੍ਰਾਮੀ ਮੁਹੰਮਦ ਹੁਸੈਨ। ਮੁਹੰਮਦ ਹੁਸੈਨ, ਮਾਸ਼ਾਅੱਲਾ। ਅੱਛਾ ਇਹ ਦੱਸੋ ਕਿ ਇਲਾਕਾ ਕਿਹੜਾ ਭਲਾ? ਇਲਾਕਾ ਸਿਆਲਕੋਟ ਦਾ। ਅੱਛਾ ਇਹ ਦੱਸੋ ਕਿ ਤੁਹਾਡੇ ਕੋਲ ਡੇਰੀ ਫਾਰਮ ਵਿੱਚ ਟੋਟਲ ਮੱਝਾਂ ਕਿੰਨੀਆਂ ਨੇ? ਸਾਡੇ ਕੋਲ ਮੱਝਾਂ ਹੋਣਗੀਆਂ ਕੋਈ 100 ਦੇ ਕਰੀਬ। ਮਾਸ਼ਾਅੱਲਾ 100 ਮੱਝਾਂ ਨੇ। ਤੇ ਇਹ 100 ਮੱਝਾਂ ਦਾ ਡੇਰੀ ਫਾਰਮ ਦਾ ਕੰਮ ਕਿੰਨੇ ਸਾਲਾਂ ਤੋਂ ਕਰਦੇ ਹੋ? ਇਹ ਸਾਡੇ ਮਸਲਨ ਦਾਦੇ ਤੋਂ ਕੰਮ ਚੱਲ ਰਿਹਾ। ਮਾਸ਼ਾਅੱਲਾ, ਨਸਲ ਦਰ ਨਸਲ ਕਰਦੇ? ਹਾਂਜੀ, ਨਸਲ ਦਰ ਨਸਲ। ਅੱਛਾ ਬਜ਼ੁਰਗੋ, ਅੱਜ ਤੱਕ ਹੁਣ ਤੱਕ ਦੱਸੋ, ਦਾਦੇ ਤੋਂ ਲੱਗ ਕੇ ਹੁਣ ਤੱਕ ਇਹਦੇ ਵਿੱਚ ਕੋਈ ਵੱਡਾ ਨੁਕਸਾਨ ਤਾਂ ਨਹੀਂ ਹੋਇਆ? ਨਹੀਂ, ਨੁਕਸਾਨ ਕੋਈ ਨਹੀਂ ਇਹਨਾਂ ਵਿੱਚ, ਅਲਹਮਦੁਲਿਲਾ। ਅੱਲਾਹ ਪਾਕ ਬਰਕਤ ਪਾਏ ਤੇ ਕੋਈ ਨੁਕਸਾਨ ਨਹੀਂ। ਮਾਸ਼ਾਅੱਲਾ। ਅੱਛਾ ਇਹ ਦੱਸੋ ਕਿ ਤੁਹਾਡੇ ਕੋਲ ਮੱਝਾਂ ਕਿਹੜੀ ਨਸਲ ਦੀਆਂ ਨੇ? ਸਾਡੇ ਕੋਲ ਨੀਲੀਰਾ ਵੀ ਹੈ। ਅੱਛਾ, ਤੇ ਆਪਣਾ ਸਾਹੀਵਾਲ, ਚੀਚਾ ਬੱਦਰੀ। ਠੀਕ ਹੈ। ਟੌਪ ਦੀ ਜਿਹੜੀ ਤੁਹਾਡੇ ਕੋਲ ਮੱਝ ਹੈ ਕਿਹੜੀ ਨਸਲ ਦੀ ਹੈ? ਨੀਲੀ ਰਾਵੀ ਦੀ। ਨੀਲੀ ਰਾਵੀ। ਅੱਛਾ, ਸਭ ਤੋਂ ਵੱਧ ਦੁੱਧ ਤੁਹਾਡੀ ਮੱਝ ਕਿਹੜੀ ਦਿੰਦੀ ਹੈ ਅਤੇ ਕਿੰਨਾ ਦਿੰਦੀ ਹੈ? ਸਾਡੀ ਮੱਝ ਤਕਰੀਬਨ 20 ਕਿਲੋ ਦੀ ਦੁੱਧ ਦਿੰਦੀ ਹੈ। ਮਾਸ਼ਾਅੱਲਾ, 20 ਕਿਲੋ ਤੱਕ ਵੀ ਜਾਂਦੀ ਹੈ? 20 ਕਿਲੋ ਤੱਕ ਜਾਂਦੀ ਹੈ। ਉਹ ਨੀਲੀ ਰਾਵੀ ਦੇ? ਹਾਂਜੀ। ਅੱਛਾ, ਇਹ ਦੱਸੋ ਕਿ ਸਾਰੀਆਂ ਮੱਝਾਂ ਤੁਸੀਂ ਕਿਹੜੇ ਇਲਾਕੇ 'ਚ ਖਰੀਦੀਆਂ ਸਨ? ਅਸੀਂ ਮੰਡੀਆਂ 'ਚ ਜਿਹੜੀ ਜ਼ਰੂਰਤ ਪੈਂਦੀ ਹੈ ਨਾ ਜੀ, ਜਿੰਨੀਆਂ ਦੀ ਜ਼ਰੂਰਤ ਪੈਂਦੀ ਉਨੀਆਂ ਕੁ ਲਿਆਈ ਦੀਆਂ ਨੇ। ਅੱਛਾ, ਤੁਹਾਡਾ ਕੀ ਖਿਆਲ ਹੈ ਕਿ ਮੰਡੀਆਂ ਬਿਹਤਰ ਆਉਂਦੀਆਂ ਨੇ ਜਾਂ ਡੇਰੇ ਸ਼ੇਰ ਅੱਗੇ ਪਿੱਛੇ ਬਿਹਤਰ ਰਹਿੰਦੇ ਨੇ? ਨਹੀਂ, ਬਿਹਤਰ ਤਾਂ ਹੈ ਕਿ ਡੇਰਿਆਂ 'ਚ ਲਿਆਈਏ ਨਾ ਜੀ। ਜੀ, ਡੇਰਿਆਂ 'ਤੇ ਜਾ ਕੇ ਰੇਟ ਨਾਲ ਡਗਰ ਮਿਲ ਜਾਂਦਾ ਜੀ। ਜੀ, ਮੰਡੀ 'ਚ ਜਾਈਏ ਤਾਂ ਵਪਾਰੀਆਂ ਕੋਲ ਮਾਲ ਹੁੰਦਾ ਜੀ। ਜੀ, ਵਪਾਰੀ ਪੈਸੇ ਜ਼ਿਆਦਾ ਲਾਉਂਦੇ ਨੇ। ਠੀਕ ਹੈ, ਉਹਨਾਂ ਵੀ ਪੈਸੇ ਕਮਾਉਣੇ ਹੁੰਦੇ ਨੇ। ਠੀਕ ਹੈ, ਮੰਡੀਆਂ ਵਿੱਚ ਕੋਈ ਧੋਖਾ ਫਰਾਡ ਵੀ ਹੁੰਦੀ ਹੈ? ਮੰਡੀਆਂ 'ਚ ਧੋਖਾ ਫਰਾਡ ਬੜੇ ਹੁੰਦੇ ਨੇ। ਅੱਛਾ ਬਜ਼ੁਰਗੋ, ਇਹ ਦੱਸੋ ਇਹ 100 ਮੱਝ ਵਾਸਤੇ ਤੁਹਾਡਾ ਜਿਹੜਾ ਡੇਰੀ ਫਾਰਮ ਹੈ ਕਿੰਨੀ ਜਗ੍ਹਾ 'ਤੇ ਹੈ? ਤਕਰੀਬਨ 1 ਕਿੱਲੇ 'ਚ ਵੇਖ ਲਓ। 1 ਕਿੱਲੇ 'ਤੇ? ਅਤੇ ਮੁਲਾਜ਼ਮੀਨ ਕਿੰਨੇ ਰੱਖੇ ਜੀ? ਮਾਸ਼ਾਅੱਲਾ, ਮੁਲਾਜ਼ਮੀਨ ਹੈ ਕੋਈ 15 ਕੁ। 15 ਕੁ ਮੁਲਾਜ਼ਮੀਨ? ਹਾਂਜੀ ਬਜ਼ੁਰਗੋ, ਬੜੇ ਸਾਰੇ ਮੁਲਾਜ਼ਮੀਨ ਨੇ। ਇੰਨੇ ਮੁਲਾਜ਼ਮੀਨ ਦੁਬਾਰਾ ਖਾ ਜਾਂਦੇ ਨੇ? ਬਸ ਸਾਡਾ ਕੋਈ ਇਹ ਸ਼ੌਕ ਨਹੀਂ ਜੀ। ਜੀ, ਕਿ ਅਸੀਂ ਆਪ ਕਮਾਈਏ ਅਤੇ ਆਪ ਹੀ ਖਾਈਏ। ਠੀਕ, ਜ਼ਬਰਦਸਤ। ਅਸੀਂ ਇੰਨਾ ਕਿ ਜਿਹੜਾ ਕੋਈ ਗਰੀਬ ਆਦਮੀ ਹੋਰ ਕੋਲ ਆਣ ਕੇ ਬੈਠ ਜਾਂਦਾ ਉਹ ਵੀ ਲੰਗਰ ਬੁਰਕੀ ਖਾਏ। ਸਾਡੇ ਕੋਲ ਜ਼ਿਆਦਾ ਜਿਹੜੇ ਮੁਲਾਜ਼ਮ ਨੇ ਨਾ ਜੀ, ਜੀ ਜ਼ਿਆਦਾ ਨੇ ਮੁਲਾਜ਼ਮ ਆ ਜੀ, ਸਾਨੂੰ ਪਤਾ ਹੈ ਜੀ। ਅਸੀਂ ਕਹਿੰਦੇ ਹਾਂ ਕਿ ਚਲੋ ਅੱਲਾਹ ਪਾਕ ਜਿਹੜਾ ਬੰਦਾ ਸਾਡੇ ਕੋਲ ਆ ਜਾਂਦਾ ਨਾ ਜੀ ਜੀ, ਉਹਨੂੰ ਅਸੀਂ ਵਾਪਸ ਨਹੀਂ ਜਾਣ ਦਿੰਦੇ। ਮਾਸ਼ਾਅੱਲਾ, ਉਹਨੂੰ ਕਹਿੰਦੇ ਜੋ ਤੇਰੇ ਨਸੀਬ 'ਚ ਤੈਨੂੰ ਵੀ ਮਿਲੇਗਾ, ਇੱਥੇ ਹੀ ਰਹੋ। ਅੱਛਾ, ਇੰਨੇ 100 ਮੱਝਾਂ ਵਾਸਤੇ ਆਪਣੀ ਪਹਿਲੀ ਜ਼ਮੀਨ ਕਿੰਨੀ ਜੇ? ਜ਼ਮੀਨ ਤਕਰੀਬਨ 100 ਕਿੱਲਾ। ਅੱਛਾ, ਅਤੇ ਚਾਰੇ ਵਾਸਤੇ ਕਿੰਨੀ ਲਾਉਂਦੇ ਹੋ? 50 ਕਿੱਲੇ ਚਾਰੇ ਵਾਸਤੇ ਹੋ ਜਾਂਦੀ ਹੈ। 50 ਕਿੱਲੇ ਚਾਰੇ ਵਾਸਤੇ? ਹਾਂ, ਚਾਰੇ ਵਾਸਤੇ। ਅੱਛਾ, ਚਾਰੇ ਦੇ ਇਲਾਵਾ ਇਹਨਾਂ ਨੂੰ ਕੀ ਪਾਉਂਦੇ ਹੋ? ਤੂੜੀ ਪਾਈ ਦੀ ਹੈ, ਚਰੀ ਪਾਈ ਦੀ ਹੈ ਜੀ। ਉਹ ਵੰਡਾ ਛੰਡਾ ਫੀਡ ਸ਼ੀਟ ਪਾਉਂਦੇ ਹੋ? ਵਡੇਵੇਂ ਦੀ ਖਲ ਪਾਈ ਦੀ ਹੈ। ਅੱਛਾ, ਜਾਂ ਚੌਕਰ ਪਾਈ ਦਾ ਜੀ? ਜੀ। ਅੱਛਾ ਬਜ਼ੁਰਗੋ, ਸੁਬਹ ਤੋਂ ਲੈ ਕੇ ਸ਼ਾਮ ਤੱਕ ਡੰਗਰਾਂ ਦੀ ਰੋਜ਼ਾਨਾ ਦੀ ਰੁਟੀਨ ਦੱਸੋ। ਸਵੇਰ ਤੋਂ ਸ਼ਾਮ ਤੱਕ ਡੰਗਰਾਂ ਨੂੰ ਕਿਹੜੇ ਕਿਹੜੇ ਟਾਈਮ ਕੀ ਪਾਉਂਦੇ ਹੋ? ਅਸੀਂ ਇਹਨਾਂ ਨੂੰ, ਅੱਲਾ ਮਾਫ ਕਰੇ, ਇਹਨਾਂ ਨੂੰ ਪੱਠੇ ਪਾਈਦੇ ਨੇ ਦਿਨ ਦੇ 12 ਵਜੇ ਜੀ। ਜੀ, ਜਾਂ 1 ਵਜੇ। ਠੀਕ ਹੈ, ਫਿਰ ਕੱਲ੍ਹ 1 ਵਜੇ। ਅੱਛਾ, 1 ਟਾਈਮ ਪੱਠੇ ਪਾਉਂਦੇ ਹੋ? 1 ਟਾਈਮ ਪੱਠੇ ਪਾਉਣ, ਅੱਜ 1 ਵਜੇ ਪਾਤੇ ਨੇ ਜੀ, ਅਤੇ ਕੱਲ੍ਹ ਫਿਰ 1 ਵਜੇ ਪਾਉਣੇ ਨੇ। ਅੱਛਾ, ਮੁਲਾਜ਼ਮੀਨ ਮਾਸ਼ਾਅੱਲਾ ਤੁਹਾਡੇ ਖੁਸ਼, ਮੱਝਾਂ ਤੁਹਾਡੀਆਂ ਖੁਸ਼, ਅਤੇ 1 ਵਾਰੀ ਪੱਠੇ ਪਾਉਣਾ ਕਾਫੀ ਇਹਨਾਂ ਨੂੰ? ਹਾਂਜੀ, 2-3 ਘੰਟੇ 4 ਪੱਠੇ ਖਾਂਦੇ ਰਹਿੰਦੇ ਨੇ। ਵੱਡੀਆਂ ਖੁਰਲੀਆਂ ਨੇ ਜੀ, ਖੁਰਲੀਆਂ ਭਰ ਛਿੜੀਆਂ ਨੇ ਜੀ, ਆਰਾਮ ਨਾਲ ਖਾਂਦੀਆਂ ਰਹਿੰਦੀਆਂ ਨੇ। ਅੱਛਾ, ਆਪਣੇ ਤਜਰਬੇ ਦੀ ਰੋਸ਼ਨੀ ਵਿੱਚ ਮੱਝਾਂ ਦੇ ਦੁੱਧ ਵਧਾਉਣ ਦਾ ਕੋਈ ਦੇਸੀ ਨੁਸਖਾ ਦੱਸੋ। 1 ਮੱਝ ਦੁੱਧ ਘੱਟ ਦਿੰਦੀ ਪਈ, ਇਹਦਾ ਦੁੱਧ ਵਧਾਉਣ ਦਾ ਕੀ ਤਰੀਕਾ ਹੋਏਗਾ? ਜਿਹੜੀ ਮੱਝ ਮਸਲਨ ਤਾਜ਼ੀ ਸੂਈ ਹੈ ਨਾ ਜੀ, ਜੀ ਦੁੱਧ ਘੱਟ ਦੇਵੇਗੀ ਜੀ। ਉਹਨੂੰ 1 ਕਿਲੋ ਦਹੀਂ ਗਾਈ ਦਾ ਜੀ, ਉਹਦੇ ਵਿੱਚ 1/2 ਕਿਲੋ ਸ਼ੱਕਰ ਠੀਕ ਹੈ ਪਾ ਕੇ ਹੱਥ ਮਾਰ ਕੇ ਉਹਨੂੰ ਭੰਨ ਕੇ ਲੱਸੀ ਬਣਾ ਕੇ ਉਹਦੀ ਹੱਥ ਨਾਲ ਜੀ ਉਹਨੂੰ ਪਿਲਾ ਦਿਓ। ਠੀਕ ਹੈ, 1 ਹਫ਼ਤਾ ਠੀਕ ਹੈ, ਦੁੱਧ ਪੂਰਾ ਕਰ ਜਾਏਗੀ। ਅਤੇ ਬਜ਼ੁਰਗੋ, ਮੱਝਾਂ ਨੂੰ ਮੁਖਤਲਿਫ ਬਿਮਾਰੀਆਂ ਤੋਂ ਬਚਾਉਣ ਵਾਸਤੇ ਕੀ ਤਰੀਕਾਕਾਰ ਅਖਤਿਆਰ ਕਰਨਾ ਚਾਹੀਦਾ? ਮੱਝਾਂ ਦੀਆਂ ਮਸ਼ਹੂਰ ਮਸ਼ਹੂਰ ਬਿਮਾਰੀਆਂ ਕਿਹੜੀਆਂ ਨੇ ਅਤੇ ਉਹਦਾ ਇਲਾਜ ਕਿਵੇਂ ਕੀਤਾ ਜਾਂਦਾ? ਸਾਡੀ ਅਤੇ ਭਾਈਵਾਲੀ ਅੱਲਾ ਨਾਲ
ਸਾਰੀ ਸਾਡੀ ਪਿਓ ਦਾਦੇ ਤੋਂ ਲੈ ਕੇ ਅੱਲਾ ਪਾਕ ਕਰਮ ਕਰੇ ਕੋਈ ਡੰਗਰ ਬਿਮਾਰ ਹੋਇਆ ਹੀ ਨਹੀਂ। ਮਾਸ਼ਾਅੱਲਾ ਮਾਸ਼ਾਅੱਲਾ ਜ਼ਬਰਦਸਤ ਜ਼ਬਰਦਸਤ ਡੰਗਰ ਬਿਮਾਰ ਹੋਇਆ ਹੀ ਨਹੀਂ। ਤੁਹਾਡੇ ਕੋਲ ਕਦੇ ਕੋਈ ਡਾਕਟਰ ਨਹੀਂ ਆਇਆ? ਕਦੇ ਕੋਈ ਡਾਕਟਰ ਨਹੀਂ ਆਇਆ। ਖੁਦਾ ਨਖਾਸਤਾ ਕੋਈ ਜਾ ਬਿਮਾਰ ਹੋ ਜਾਏ ਤੇ ਫਿਰ ਕਿਸੇ ਨੂੰ ਕਹੀਦਾ ਕਿ ਯਾਰ ਟੀਕਾ ਲਾ ਜਾਏ। ਠੀਕ ਹੈ, ਫਿਰ ਡਾਕਟਰ ਨੂੰ ਬੁਲਾਉਂਦੇ ਹੋ? ਹਾਂ ਫਿਰ ਬੁਲਾਉਂਦੇ। ਵਰਨਾ ਤੁਹਾਡੇ ਜਾਨਵਰ ਮਾਸ਼ਾਅੱਲਾ ਬਿਮਾਰ ਹੀ ਨਹੀਂ ਹੁੰਦੇ? ਬਿਮਾਰ ਨਹੀਂ ਹੁੰਦੇ ਕਿਉਂਕਿ ਅਸੀਂ ਖਾਲਸ ਦੁੱਧ ਵੇਚਦੇ ਹਾਂ। ਠੀਕ ਹੈ, ਦੁੱਧ 'ਚ ਪਾਣੀ ਨਹੀਂ ਪਾਉਣਾ। ਮਾਸ਼ਾਅੱਲਾ ਮਾਸ਼ਾਅੱਲਾ ਸਾਰਾ ਡੰਗਰ ਨੁਕਸਾਨ ਨਹੀਂ ਹੁੰਦਾ। ਠੀਕ ਹੈ। ਅੱਛਾ ਬਜ਼ੁਰਗੋ, ਐੜਾ ਤੁਹਾਡਾ ਮਾਸ਼ਾਅੱਲਾ ਸਾਰਾ ਡੰਗਰ ਬਾਹਰ ਚੁਗਣ ਗਏ ਨੇ 4 ਮੀਲ ਤੇ। ਜੀ ਜੀ। ਇੱਕ ਮੱਝ ਪਿੱਛੇ ਰਹਿ ਗਈ ਹੈ ਜੀ, ਉਹ ਬੰਦੇ ਨੂੰ ਪਤਾ ਨਹੀਂ ਚੱਲਿਆ ਕਿ ਮੱਝ ਰਹਿ ਗਈ ਹੈ। ਅੱਛਾ, ਉਹ ਖੁਦ ਭਾਵੇਂ ਹਨੇਰੇ ਪਏ ਆਵੇਗੀ, ਉਹ ਖੁਦ ਜਲਦੀ ਜਲਦੀ ਘਰ ਆ ਜਾਏਗੀ। ਜਦੋਂ ਬੰਦੇ ਦਾ ਅੱਲਾ ਤੇ ਯਕੀਨ ਹੋਏ ਨਾ, ਫਿਰ ਬੰਦੇ ਨੂੰ ਘਾਟਾ ਕਿਸੇ ਪਾਸੋਂ ਨਹੀਂ ਪੈਂਦਾ, ਘਾਟਾ ਨਹੀਂ ਪੈਂਦਾ। ਅੱਛਾ ਬਜ਼ੁਰਗੋ, ਜਿਹੜਾ ਡੇਅਰੀ ਫਾਰਮ ਹੈ, ਇਹਦੀ ਸਫਾਈ ਸੁਥਰਾਈ ਦਾ ਕੀ ਤਰੀਕੇ ਕਰ ਹੈ? ਕਿੰਨੇ ਦਿਨਾਂ ਬਾਅਦ ਜਾਂ ਕਿੰਨੇ ਟਾਈਮ ਸਫਾਈ ਕਰਵਾਉਂਦੇ ਹੋ ਉਹਨਾਂ ਦੀ? ਹਰ ਰੋਜ਼ ਸਫਾਈ ਕਰਾਈ ਦੀ ਹੈ ਜੀ। 2 ਬੰਦੇ ਸਫਾਈ ਤੇ ਲੱਗੇ ਨੇ, ਇਹਨਾਂ ਨੂੰ ਡੰਗਰ ਖੋਲੇ ਨੇ ਤੇ ਸਫਾਈ ਸ਼ੁਰੂ ਹੈ। ਤੇ ਨਹਾਉਂਦੇ ਕਿੰਨੇ ਵਾਰੀ ਹੋ ਦਿਹਾੜੀ ਵਿੱਚ? 3 ਵਾਰੀ। ਤੇ ਗਰਮੀਆਂ ਵਿੱਚ ਨਹਾਉਂਦੇ ਹੋ 3 ਵਾਰੀ, ਤੇ ਸਰਦੀਆਂ ਵਿੱਚ ਕੀ ਕਰਦੇ ਹੋ? ਸਰਦੀਆਂ ਵਿੱਚ ਇਹਨਾਂ ਨੂੰ ਕੋਈ 70-80 ਦਿਨ ਨਹਾਈਦਾ, 7-8 ਦਿਨ ਬਾਅਦ ਚ। ਠੀਕ ਹੈ। ਅੱਛਾ ਬਜ਼ੁਰਗੋ, ਜਿਹੜਾ ਡੇਅਰੀ ਫਾਰਮ ਹੈ ਤੁਹਾਡਾ, ਇਹ ਤਕਰੀਬਨ ਬਣਾਉਣ ਲੱਗਿਆ, ਇਹੋ ਜਿਹਾ ਡੇਅਰੀ ਫਾਰਮ ਕਿਸੇ ਨੇ ਬਣਾਉਣਾ ਹੋਏ ਤੇ ਕਿੰਨੇ ਕੁ ਪੈਸੇ ਉਹਨੂੰ ਚਾਹੀਦੇ ਨੇ? ਇਹੋ ਜਿਹੀ ਸ਼ੈੱਡ ਬਣਾਉਣੀ ਹੈ, ਸ਼ੈੱਡ ਤੇ ਮੈਂ ਵੇਖਣਾ ਪਿਆ ਨੋਰਮਲ ਹੀ ਹੈ ਬਾਲੇ ਸ਼ੈੱਡ, ਜਿਹੜੇ ਨਾਰਮਲ ਨੇ ਜੀ ਜੀ, ਐਵੇਂ ਗੁਜ਼ਾਰੇ ਬਣਾਇਆ ਤਾਂ ਗੁਜ਼ਾਰੇ ਹੀ ਹੈ, ਇਹ ਸ਼ੈੱਡ ਨਹੀਂ। ਤੁਹਾਡਾ ਕੀ ਖਿਆਲ ਹੈ, ਸ਼ੈੱਡ ਦੇ ਬੜੇ ਪੈਸੇ ਲਾਉਣੇ ਚਾਹੀਦੇ ਨੇ ਜਾਂ ਸ਼ੈੱਡ ਦੇ ਨਾਲ ਪੈਸੇ ਲਾਓ ਤੇ ਜਾਨਵਰਾਂ ਦੇ ਪੈਸੇ ਲਾਓ? ਸ਼ੈੱਡ ਤੇ ਪੈਸੇ ਥੋੜੇ ਲਾਣੇ ਚਾਹੀਦੇ। ਵੈਰੀ ਗੁੱਡ, ਥੋੜੇ ਲਾਣੇ ਚਾਹੀਦੇ ਨੇ, ਲਾਣੇ ਚਾਹੀਦੇ ਨੇ। ਅੱਗੇ ਵੀ ਅਸੀਂ ਲਗਾਤਾਰ ਦੇ ਪੈਸੇ ਲਾਣੇ ਚਾਹੀਦੇ ਨੇ। ਇਹ ਗੱਲ ਬਾਰ ਬਾਰ ਅਸੀਂ ਦੋਹਰਾਈਏ ਕਿ ਸ਼ੁਰੂ ਵਿੱਚ ਸ਼ੈੱਡ ਤੇ ਬਹੁਤ ਵੱਡੀ ਇਨਵੈਸਟਮੈਂਟ ਨਾ ਕਰੋ, ਆਪਣੇ ਜਾਨਵਰਾਂ ਤੇ ਇਨਵੈਸਟਮੈਂਟ ਕਰੋ, ਜਾਨਵਰ ਸੋਹਣੇ ਨਸਲੀ ਲੱਭੋ ਤਾਂ ਕਿ ਤੁਹਾਨੂੰ ਡੇਅਰੀ ਫਾਰਮ ਵਿੱਚ ਫਾਇਦਾ ਹੋਏ। ਮਹਿੰਗਾ ਜਾਨਵਰ ਵੀ ਨਾ ਲਵੋ। ਮਹਿੰਗਾ ਵੀ ਨਾ ਲਓ? ਮਹਿੰਗਾ ਵੀ ਨਾ ਲਵੋ। ਮਸਲ 3 ਲੱਖ ਦੀ ਮੱਝ ਹੈ ਨਾ ਜੀ ਜੀ, 3 ਲੱਖ ਦੀ ਨਾ ਖਰੀਦ, 2 ਲੱਖ ਦੀ, 2.25 ਲੱਖ ਦੀ, 2.25 ਲੱਖ ਦੀ। ਅੱਛਾ ਬਜ਼ੁਰਗੋ, ਥੋੜਾ ਜਿਹਾ ਮੁਸ਼ਕਿਲ ਸਵਾਲ ਹੈ, ਇਹ 100 ਮੱਝ ਤੇ ਤੁਹਾਡਾ ਰੋਜ਼ ਦਾ ਰੋਜ਼ਾਨਾ ਦਾ ਕਿੰਨਾ ਕੁ ਖਰਚਾ ਆਉਂਦਾ ਹੈਗਾ ਤੇ ਕਿੰਨਾ ਕੁ ਫਾਇਦਾ ਹੁੰਦਾ ਹੈਗਾ? ਇਹ ਮਾਸ਼ਾਅੱਲਾ 1 ਟਰਾਲੀ ਤੂੜੀ ਖਾੜਦੀਆਂ ਨੇ। ਅੱਛਾ, ਸਿਰਫ ਤੂੜੀ? ਤੂੜੀ ਤੂੜੀ ਤੇ ਟਰਾਲੀ ਆਉਂਦੀ ਇੱਕ ਚੰਗੀ ਚਰੀ ਦੀ ਜੀ ਜੀ, ਉਹ ਵੀ ਨਾਲ ਮਿਲਾ ਕੇ ਵੀ ਖਾ ਛੱਡਦੀਆਂ ਨੇ। ਅੱਛਾ, ਪੱਠੇ ਬਾਬਾ ਸਾਰੇ ਖਾਂਦੀਆਂ? ਪੱਠੇ ਬਾਬਾ ਖਾਂਦੀਆਂ ਨੇ। ਉਹ ਤੁਹਾਡੀ ਆਪਣੀ ਜ਼ਮੀਨ ਹੈ, ਤੁਹਾਨੂੰ ਮਹਿਸੂਸ ਨਹੀਂ ਹੁੰਦਾ? ਹਾਂਜੀ, ਉਹ ਠੇਕੇ ਤੇ ਲਈਏ, ਕੋਈ ਆਪਣੀ ਹੈ। ਤੇ ਦੁੱਧ ਕਿੰਨੇ ਕੁ ਦਾ ਵੇਚ ਛੱਡਦੇ ਹੋ, ਕਿੰਨੇ ਕੁ ਲੀਟਰ ਹੋ ਜਾਂਦਾ? ਮਾਸ਼ਾਅੱਲਾ ਦੁੱਧ ਤੇ ਹੁਣ ਹੋ ਜਾਂਦਾ ਤਕਰੀਬਨ 10 ਕਮਾਣ। 10 ਕਮਾਣ ਮਾਸ਼ਾਅੱਲਾ ਹੁੰਦਾ। ਤੇ ਦੁੱਧ ਕਿਹੜੇ ਰੇਟ ਤੇ ਅੱਜ ਕੱਲ੍ਹ ਕੀ ਰੇਟ ਚੱਲ ਰਿਹਾ ਦੁੱਧ ਦਾ? ਸਾਡੇ ਕੋਲ 85 ਰੁਪਏ ਲੈਂਦੇ ਨੇ। ਅੱਛਾ, ਤੇ ਦੋਧੀਆਂ ਨੂੰ ਦੇ ਰਹੇ ਹੋ, ਕੋਈ ਕੰਪਨੀ ਲੈਂਦੀ ਹੈ ਤੁਹਾਡੇ ਕੋਲ? ਨਹੀਂ, ਦੁਕਾਨਾਂ ਤੇ ਚਾਹੀਦਾ। ਦੁਕਾਨ ਆਪਣੀ? ਕੋਈ ਦੁਕਾਨ ਨਹੀਂ ਆਪਣੀ, ਕੋਈ ਨਹੀਂ। ਠੀਕ ਹੈ। ਅੱਛਾ ਸਰ, ਤੁਸੀਂ ਇਹ ਦੱਸੋ ਕਿ ਤੁਸੀਂ ਗਾਂਆਂ ਵੀ ਰੱਖੀਆਂ ਨੇ, ਮੱਝਾਂ ਵੀ ਰੱਖੀਆਂ ਨੇ, ਇਹਨਾਂ 'ਚੋਂ ਬਿਹਤਰ ਕਿਹੜਾ ਰਹਿੰਦਾ? ਤੁਸੀਂ ਸਮਝਦੇ ਹੋ ਕਿ ਡੇਅਰੀ ਵਾਸਤੇ ਕਿਹੜੀ ਚੀਜ਼ ਬਿਹਤਰ ਹੈ, ਗਾਂਆਂ ਦਾ ਕੰਮ ਬਿਹਤਰ ਹੈ ਜਾਂ ਮੱਝਾਂ ਦਾ? ਫਾਇਦੇ ਵਾਸਤੇ ਬਿਹਤਰ ਹੈ ਗਾਂਆਂ ਦਾ। ਠੀਕ ਹੈ। ਮੁਨਾਫੇ ਵਾਸਤੇ? ਅੱਛਾ, ਗਾਂਆਂ ਦਾ ਬਿਹਤਰ ਹੈ। ਅੱਛਾ, ਤੇ ਜਿਹੜਾ ਮੱਝਾਂ ਦਾ ਨਾ, ਉਹ ਸਮਝੋ ਕਿ ਕੰਮ ਪੂਰਾ ਪੂਰਾ ਹੀ ਹੁੰਦਾ। ਠੀਕ ਹੈ, ਤੋ ਥੋੜਾ ਬਹੁਤ ਇਹਦੇ ਚ ਬਚਤ ਹੁੰਦੀ ਹੈ। ਅੱਛਾ, ਇਹ ਤੁਸੀਂ ਦੱਸਿਆ ਕਿ ਫਾਇਦਾ ਗਾਈਆਂ 'ਚ ਜ਼ਿਆਦਾ ਹੈ, ਮੱਝਾਂ 'ਚ ਘੱਟ ਹੈ। ਤੁਸੀਂ ਮੱਝਾਂ ਜ਼ਿਆਦਾ ਰੱਖੀਆਂ ਨੇ, ਗਾਈਆਂ ਘੱਟ ਰੱਖੀਆਂ ਨੇ, ਇਹਦੀ ਕੀ ਵਜ੍ਹਾ? ਮੱਝਾਂ ਦੀ ਕੀ ਖਸੂਸੀਅਤ ਨੇ ਤੁਹਾਨੂੰ ਅਟਰੈਕਟ ਕੀਤਾ? ਗਾਈ ਸਾਡੇ ਕੋਲ 100 ਗਾਈ ਸੀ। ਅੱਛਾ, ਅਸਾਂ ਹੁਣ ਹੀ ਗਾਈਆਂ ਵੇਚੀਆਂ ਨਾ, ਜਗ੍ਹਾ ਲਈ ਸੀ ਬਾਹਰ। ਅੱਛਾ ਅੱਛਾ, ਤੂੰ ਇਸ ਵਾਸਤੇ ਗਾਈਆਂ ਵੇਚ ਛੱਡੀਆਂ? ਠੀਕ ਠੀਕ, ਯਾਨੀ ਤੁਸੀਂ ਗਾਈਆਂ ਨੂੰ ਬਿਹਤਰ ਸਮਝਦੇ ਹੋ? ਗਾਈਆਂ ਨੂੰ ਓਵਰਆਲ ਤੁਹਾਡੇ ਕੋਲ ਮੱਝਾਂ ਪਲੱਸ ਗਾਈਆਂ ਪਲੱਸ ਬੱਚੇ 100 ਤੇ ਤੁਹਾਨੂੰ ਮੱਝਾਂ ਦੱਸੀਆਂ ਨੇ, ਟੋਟਲ ਕਿੰਨੇ ਨੇ? ਇੰਨੀ ਗੰਨੇ ਹੋਣੀ ਸੀਗੀਆਂ ਨੇ ਮੱਝਾਂ, ਕੋਈ ਸੂਣ ਵਾਲੀਆਂ ਨੇ। ਅੱਛਾ ਅੱਛਾ, ਤੇ ਇੱਕ ਚੀਜ਼ ਹੋਰ ਤੁਹਾਡੇ ਕੋਲ ਨੁਸਖਾ ਪੁੱਛਣਾ ਦੁੱਧ ਦਾ, ਤੁਸੀਂ ਦੱਸ ਜਿਹੜਾ ਦੁੱਧ ਪੂਰਾ ਕਰਨ ਦਾ, ਇੱਕ ਮੱਝ ਸੂਣ ਵਾਲੀ ਹੈ। ਹਾਂਜੀ, ਆਮ ਤੌਰ ਤੇ ਜਿਹੜੀ ਵੀ ਚੀਜ਼ ਪ੍ਰੈਗਨੈਂਟ ਹੁੰਦੀ ਹੈ ਉਹਦੀ ਸਪੈਸ਼ਲ ਕੇਅਰ ਕੀਤੀ ਜਾਂਦੀ ਹੈ, ਮੱਝਾਂ ਦੀ ਕੀ ਸਪੈਸ਼ਲ ਕੇਅਰ ਕੀਤੀ ਜਾਂਦੀ ਕਿ ਉਹਨਾਂ ਦੀ ਡਿਲੀਵਰੀ ਅੱਛੀ ਹੋਏ ਔਰ ਆਰਾਮ ਨਾਲ ਬੱਚਾ ਦੇ ਦੇਣ ਔਰ ਸੂਏ 'ਚ ਦੁੱਧ ਅੱਛਾ ਦੇਣ? ਅੱਛਾ ਦੇਣ। ਹਾਂਜੀ, ਕੀ ਤੁਸੀਂ ਨੁਸਖਾ ਅਪਣਾਉਂਦੇ ਹੋ ਕਿ ਉਹਨਾਂ ਨੂੰ ਸੂਣ ਤੋਂ ਪਹਿਲਾਂ ਕੀ ਦੇਣਾ ਚਾਹੀਦਾ? ਦੇਣਾ ਤਾਂ ਉਹਨੂੰ ਘਿਓ ਚਾਹੀਦਾ। ਠੀਕ ਹੈ, ਸੂਣ ਤੋਂ ਪਹਿਲੇ ਉਹਨੂੰ ਘਿਓ ਦੇਣਾ ਚਾਹੀਦਾ। ਠੀਕ ਹੈ, 1 ਹਫ਼ਤਾ ਪਹਿਲੇ। ਠੀਕ ਹੈ, 1 ਹਫ਼ਤਾ ਪਹਿਲੇ ਘਿਓ ਦੇਣਾ ਚਾਹੀਦਾ, 2 ਕਿਲੋ ਦੇ ਲਓ। ਠੀਕ ਹੈ, 3 ਕਿਲੋ ਦੇ ਲਓ। ਠੀਕ ਹੈ, ਆਪਣੀ ਮਤਲਬ ਜਿੰਨੇ ਕੁ ਆਪਣੀ ਦੇ ਸਕਦੇ ਹੋ। ਅੱਛਾ, ਕਰਨ ਵਾਸਤੇ ਤੁਸੀਂ ਦੱਸੋ, ਅੱਗੇ ਬੰਦੇ ਕੋਲ ਸਤਾਤ ਹੈ ਵੇ, ਉਹ ਦੱਸੋ ਕਿ ਕਿੰਨਾ ਘਿਓ ਦੇ, ਜਿਹੜੇ ਨਾ ਜ਼ਿਆਦਾ ਹੋਏ ਤੇ ਨਾ ਘੱਟ ਹੋਏ। ਉਹ ਮਹੀਨਾ ਪਹਿਲੇ 3-4 ਕਿਲੋ ਘਿਓ ਦੇ ਹੜੇ ਮੱਝ ਨੂੰ। ਅੱਛਾ, ਬਹੁਤ ਅੱਛਾ ਲੱਗੇਗਾ। ਦੇਸੀ ਘਿਓ ਦਾ? ਦੇਸੀ ਘਿਓ ਦਾ ਇਨਸ਼ਾਅੱਲਾ ਮੱਝ ਸਹੀ ਸੁਆ ਦੇਗੀ। ਸਹੀ ਸੁਆ ਦੇਗੀ, ਦੁੱਧ ਚੰਗਾ ਦੇਗੀ। ਠੀਕ ਹੈ, ਮਤਲਬ ਕੋਈ ਬਿਮਾਰੀ ਨਹੀਂ ਉਹਨੂੰ ਆਏਗੀ। ਠੀਕ ਹੈ, ਇੱਕ ਛੋਟਾ ਜਿਹਾ ਸਵਾਲ ਦੇਣ 'ਚ ਆਇਆ, ਤੁਸੀਂ ਆਪਣੇ ਕਾਰੋਬਾਰ ਦੇ ਸਿਲਸਿਲੇ 'ਚ ਗਾਈਆਂ ਵੇਚੀਆਂ ਨੇ, ਤੇ ਮੱਝਾਂ ਕਿਉਂ ਨਹੀਂ ਵੇਚੀਆਂ? ਕਿਆ ਗਾਈਆਂ ਸੌਖੀਆਂ ਵਿਕ ਜਾਂਦੀਆਂ ਨੇ?
ਉਹ ਫਿਰ ਮੈਂ ਇਹਨਾਂ ਨੂੰ ਵੇਚ ਛੱਡੋ। ਦੁੱਧ ਇੱਥੇ ਸਿਆਲਕੋਟ 'ਚ ਨਹੀਂ ਵਿਕਦਾ। ਇੱਕ ਅੱਛੀ ਨਸਲ ਦੀ ਔਸਤਨ ਮੱਝ ਕਿੰਨੇ ਦੀ ਮਿਲ ਜਾਂਦੀ ਹੈ? ਗਾਂ ਮੱਝ ਅਤੇ ਮੱਝਾਂ ਮੱਝਾਂ ਦਾ ਫਰਕ ਹੈ, ਮੱਝ ਤਾਂ ਹੁਣ 5-6 ਲੱਖ ਦੀ ਵੀ ਮਿਲਦੀ ਹੈ। ਔਸਤਨ ਦੱਸ ਲਓ ਦਰਮਿਆਨੇ ਦਰ, ਦਰਮਿਆਨੇ 3 ਤੱਕ ਲਾ ਲਓ। ਕਿਹੜੇ ਇਲਾਕੇ 'ਚ ਸਹੀ ਮੱਝਾਂ ਲੱਭਦੀਆਂ ਨੇ? ਚੀਚਾ ਬਦਰੀ, ਬੂਰੇ ਵਾਲਾ, ਲੁੱਡਣ, ਠੀਕ ਹੋ ਗਿਆ ਅਤੇ ਆਪਣਾ ਇਹਨਾਂ ਇਲਾਕਿਆਂ 'ਚ ਜਾਈਦਾ। ਅੱਛਾ ਬਜ਼ੁਰਗੋ, ਇਹ ਦੱਸੋ ਕਿ ਤੁਸੀਂ ਮੱਝਾਂ ਵੇਚਦੇ ਹੋ ਕਿ ਨਹੀਂ ਵੇਚਦੇ? ਨਹੀਂ, ਅਸੀਂ ਵੇਚਦੇ ਨਹੀਂ। ਠੀਕ ਹੈ, ਤੁਹਾਡੇ ਆਪਣੇ ਡੇਅਰੀ ਫਾਰਮ ਵਾਸਤੇ ਨੇ? ਹਾਂਜੀ। ਅੱਛਾ, ਜਦੋਂ ਮੱਝਾਂ ਮਤਲਬ ਦੁੱਧ ਸੁਕਾਉਂਦੀਆਂ ਨੇ ਨਾ, ਜੀ ਜੀ, ਫਿਰ ਉਹ ਰੱਖਦੀਆਂ ਨੇ ਅੱਗੋਂ ਸਵਾਈਦੀਆਂ ਸੂਆ। ਅੱਛਾ ਬਜ਼ੁਰਗੋ, ਕੀ ਮਸ਼ਵਰਾ ਦਿੰਦੇ ਹੋ ਕਿ ਡੇਅਰੀ ਫਾਰਮ ਮੱਝਾਂ ਦਾ ਕਾਰੋਬਾਰ ਤੁਹਾਡੀ ਨਜ਼ਰ ਵਿੱਚ ਕੈਸਾ ਕਰਨਾ ਚਾਹੀਦਾ, ਔਖਾ ਸੌਖਾ? ਸਿਆਲਕੋਟ ਦੇ ਵਿੱਚ ਜਿਹੜਾ ਨਾ ਮੱਝਾਂ ਦਾ ਦੁੱਧ ਵਿਕਦਾ, ਜੀ ਜੀ, ਬਾਕੀ ਗਾਂ ਦਾ ਦੁੱਧ ਇੱਥੇ ਨਹੀਂ ਵਿਕਦਾ। ਠੀਕ ਹੈ, ਤੁਹਾਡੇ ਨਜ਼ਦੀਕ ਮੱਝਾਂ ਦਾ ਕਾਰੋਬਾਰ ਬਿਹਤਰੀਨ ਹੈ? ਦੁੱਧ ਵਾਸਤੇ ਮੱਝਾਂ ਦਾ ਬਿਹਤਰੀਨ ਹੈ। ਠੀਕ ਹੈ, ਗਾਈਆਂ ਦਾ ਜਿਹੜਾ ਮੁਨਾਫੇ ਵਾਸਤੇ ਹੈ? ਠੀਕ ਹੈ, ਗਾਈਆਂ 'ਚ ਮੁਨਾਫਾ ਬਹੁਤ ਹੈ ਅਤੇ ਮੱਝਾਂ ਦਾ ਦੁੱਧ ਜ਼ਿਆਦਾ ਸੇਲ ਹੁੰਦਾ। ਹਾਂਜੀ ਬਜ਼ੁਰਗੋ, ਤੁਸੀਂ ਬੜੀ ਵਧੀਆ ਮਲੂਮਾਤ ਸਾਨੂੰ ਦਿੱਤੀਆਂ ਨੇ, ਤੁਹਾਡਾ ਦਿਲ ਦੀ ਗਹਿਰਾਈਆਂ ਨਾਲ ਬੜੀ ਬੜੀ ਮਿਹਰਬਾਨੀ ਤੁਹਾਡੀ।